चमन तो ही ब्लड बात नहीं होती, दिल बड़ा रोता है। 5 लाख रुपया से मेरे को उन्होंने कोई पैसा नहीं देता मैंने। सत श्री अकाल जी सारा नू, हैप्पी होली। सब तो पहले ही तुम देख ही रहे हैं, आप पूरे रंगे हुए हैं। मैं रेड क्रॉस स्पैशल स्कूल के विजिट किया, अज मैं थोड़ा कुछ बच्चों ना मिला। तो आई होप कि थोनों भी खुशी मिलेगी उन्होंने मिल के। होली मुबारक। ਜਮਨ ਤੋਂ ਹੀ ਬਲਾਇਡ ਹਾਂ। ਅਸੀਂ ਬੱਚਿਆਂ ਦੇ ਨਾਲ ਜਦੋਂ ਬੈਠੀਦਾ, ਇਹਨਾਂ ਨੂੰ ਜਦੋਂ ਰਿਆਜ਼ ਕਰਾਈਦਾ, ਬਹੁਤ ਵਧੀਆ ਢੰਗ ਨਾਲ ਚੱਲਦੇ ਆ ਬੱਚੇ। ਬਹੁਤ ਸੱਚੇ ਢੰਗ ਨਾਲ ਸਿੱਖ ਰਹੇ ਆ। ਅਸੀਂ ਵੀ ਬੜੇ ਮਨੋ ਤਰੋਂ ਇਹਨਾਂ ਦੇ ਨਾਲ ਬਹੁਤ ਪਿਆਰ ਕਰਦੇ ਹਾਂ ਅਤੇ ਬਹੁਤ ਅੱਛੀ ਤਰ੍ਹਾਂ ਨਾਲ ਹੀ ਇਹਨਾਂ ਨੂੰ ਸਿਖਾਉਂਦੇ ਹਾਂ। ਨੋਰਮਲ ਬੱਚਿਆਂ ਵਾਂਗ ਹੀ ਸਿਲੇਬਸ ਕਰਵਾਉਣੇ ਆ ਪੰਜਾਬ ਬੋਰਡ ਦਾ। ਬਾਕੀ ਸਾਡੇ ਬੱਚੇ ਜਿਹੜੇ ਸੁਣਦਾ ਨਹੀਂ, ਜਿਨ੍ਹਾਂ ਨੂੰ ਬੋਲਦਾ ਨਹੀਂ, ਉਹਨਾਂ ਨੂੰ ਟੀਚ ਕਰਦੇ ਹੁੰਦੇ ਸੀ। ਇਹਨਾਂ ਨੂੰ ਵੀ ਅਸੀਂ ਡਾਂਸ ਵਗੈਰਾ ਤਾਂ ਕਰਵਾਉਣੇ ਆ, ਬਸ ਸਾਈਨ ਦੇ ਵਿੱਚ ਕਰਵਾਉਣੇ ਆ ਅਸੀਂ ਉਹਨਾਂ ਨੂੰ। ਸਾਈਨ ਦੇ ਵਿੱਚ ਸਟੈਪ ਦੱਸ ਦਿੰਦੇ ਹਾਂ, ਬਸ ਕਿ ਮਿਊਜ਼ਿਕ ਚੱਲਦਾ ਰਹਿੰਦਾ, ਨਾਲ ਨਾਲ ਟੀਚਰ ਸਾਈਨ ਕਰੀ ਜਾਂਦਾ ਇਹਨਾਂ ਬੱਚਿਆਂ ਨੂੰ, ਅਤੇ ਉਹ ਨਾਲ ਨਾਲ ਸਟੈਪ ਕਰੀ ਜਾਂਦੇ। ਲੱਖ ਰੁਪਈਆ ਸੀ ਮੇਰੇ ਕੋਲ ਦਿਨ, ਮੈਂ ਵਿਸ਼ਵਾਸ ਕਰ ਲਿਆ ਵੀ ਚਲੋ ਆਪਦੀ ਧੀ ਹੈ ਵੀ ਤੈਨੂੰ ਰੋਟੀ ਦੇਈ ਜਾਊ ਸਾਰੀ ਉਮਰ। ਅਤੇ ਜਦੋਂ ਮੈਨੂੰ ਲੋੜ ਪਈ ਬੈਠਾ ਉਦੋਂ ਨਾ ਮੈਂ ਮੰਗੇ ਜਦੋਂ ਨਾ, ਅਤੇ ਫਿਰ ਕਦੇ ਨਹੀਂ ਦੇਣੇ ਜਿੱਥੇ ਮਰਜ਼ੀ ਜਾ। ਚੱਕਿਆ ਸਮਾਨ ਵਿਹੜੇ ਗਈ, ਉਹ ਵਿਹੜੇ ਦੇ ਤਾ, ਉਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਮੈਨੂੰ। 5 ਲੱਖ ਦਾ 5 ਲੱਖ ਆਵਾਜ਼ ਮਾਰੀ ਮੈਂ ਕਿਹਾ ਰੇਨੂੰ, ਕਹਤੀ ਹਾਂ ਮਾਤਾ। ਮੈਂ ਕਿਹਾ ਸਬਜ਼ੀ ਨੇ ਕੈਸੀ ਸਮੈਲ ਆ ਰਹੀ ਹੈ, ਕਹਤੀ ਨਹੀਂ ਕੋਲੀ ਲੈ ਗਏ ਚੱਕ ਕੇ। ਸ਼ਾਮ ਕੁ ਮੇਰਾ ਬੇਟਾ ਆਇਆ ਜਿਹੜਾ ਮਰ ਗਿਆ ਫਿਰੋਜ਼ਪੁਰ 'ਚ ਡਿਊਟੀ ਕਰਕੇ। ਮੈਨੂੰ ਕਿਹਾ ਬਬਲੀ ਸਬਜ਼ੀ ਪਤਾ ਨਹੀਂ ਕੈਸੀ ਬਣੀ ਹੈ, ਮੈਂ ਖਾਈ ਨਹੀਂ ਰੇਨੂੰ ਕੋ, ਮੈਨੇ ਕੋਲੀ ਦੇ ਦੀ। ਉਹਨੇ ਬੁਲਾਇਆ ਕਹਤਾ ਰੇਨੂੰ ਲਿਆ ਸਬਜ਼ੀ ਲਿਆ, ਕੁੱਕਰ ਨਾ ਸਬਜ਼ੀ ਲੈ ਗਈ ਔਰ ਕਟੋਰੀ ਮੈਂ ਸਬਜ਼ੀ ਦਿੰਦਾ। ਉਸਨੇ ਪਤਾ ਨਹੀਂ ਫੇਰ ਕਦੇ ਕਿਹਾ, ਜਦ ਮੈਂ ਬੋਲੀ ਤਾਂ ਤੂੰ ਬੜਾ ਬੋਲਤੀ ਮਾਤਾ। ਮੈਂ ਕੋਲੀ ਲਿਆ ਕਾਂ, ਤੂੰ ਮੈਨੂੰ ਕਿਉਂ ਦੀਏ ਕਾਹ ਕੋ ਦੀਏ, ਮੈਨੂੰ ਤੇਰਾ ਕਿਆ ਵਿਗਾੜਾ। ਬਹੁਤ ਨਹੀਂ ਬਾਤ ਨੇ, ਚਲੇ ਜਾਓ ਨਿਕਲ ਜਾਓ, ਲੜਕੇ ਕੋ ਸਿਖਾ ਦੀਆ
ਚਲੀ ਜਾ ਮਾਤਾ ਚਲੀ ਜਾ, ਮੇਰਾ ਛੋਟਾ ਲੜਕਾ ਲੈ ਕੇ ਮੈਂ ਜਿਵੇਂ ਕਿਰਾਏ 'ਤੇ ਆ ਗਈ, ਪੈਸੇ ਦੇ ਗਏ, ਕਿਰਾਇਆ ਦੇ ਹੀ ਗਈ, ਗਲੀ ਮੁਹੱਲੇ ਵਾਲੀ ਰੋਟੀ ਦੇ ਕੇ ਤਾਂ ਮੁਝੇ ਮਾਤਾ ਨਾ ਪਕਾਉਣਾ, ਹਮ ਦੇਗੇ ਰੋਟੀ। ਲੜਕੀ ਲੈ ਕੇ, ਲੜਕੀ ਨੇ ਵੀ ਧੋਖਾ ਕਰ ਲਿਆ ਮੇਰਾ ਮਕਾਨ ਵੇਚ ਪੁੱਛ, ਬੇਟਾ ਤਾਂ ਕਰੇ ਕਰੇ ਬੇਟਾ ਬਾਤ ਨਹੀਂ ਹੋਤੀ, ਦਿਲ ਬੜਾ ਰੋਤਾ ਹੈ।